ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਸੋ ਅੱਜ ਦੀ ਅਪਡੇਟ ਹੈ ਜੀ ਪੰਜਾਬ ਪੁਲਿਸ ਸਬ ਇੰਸਪੈਕਟਰ ਦੀਆਂ ਵੈਕੈਂਸੀਆਂ ਆਊਟ ਹੋਈਆਂ ਸੀ ਤਾਂ ਇਹਦੇ एग्जाम ਹੋਣ ਜਾ ਰਹੇ ਆ ਤਾਂ ਐਡਮਿਟ ਕਾਰਡ ਜਿਹੜੇ ਦੇ ਜਾਰੀ ਹੋ ਚੁੱਕੇ ਨੇ ਸਾਈਟ ਤੋਂ ਤੁਸੀਂ ਕਿਸ ਤਰ੍ਹਾਂ ਆਪਣੇ ਮੋਬਾਈਲ ਦੇ ਵਿੱਚ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਸਟੈਪ ਬਾਈ ਸਟੈਪ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲ ਤੇ ਪ੍ਰੈਸ ਜਰੂਡ ਕਰ ਲਿਓ ਤਾਂ ਜੋ ਤੁਹਾਨੂੰ ਸਮੇਂ ਸਿਰ ਸਾਡੀ ਵੀਡੀਓਜ਼ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤਾਂ ਸ਼ੇਅਰ ਕਰਦੇ ਆ ਜੀ ਇਹ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਪੁਲਿਸ ਦੀ ਸਾਈਟ ਹੈ ਜਿਹੜੀ ਉਹ ਸਰਚ ਕਰ ਲਿਓ ਤਾਂ ਇਹ ਹੈ ਜੀ ਪੰਜਾਬ ਪੁਲਿਸ ਦੀ ਆਫੀਸ਼ੀਅਲ ਵੈਬਸਾਈਟ ਹੈ ਤਾਂ ਇੱਥੇ ਤੁਹਾਨੂੰ ਬਿਲਕੁਲ ਖੱਬੇ ਪਾਸੇ ਰਿਕਰੂਟਮੈਂਟ ਲਿਖਿਆ ਨਜ਼ਰ ਆ ਰਿਹਾ ਹੋਏਗਾ ਤਾਂ ਤੁਸੀਂ ਇਸ ਤੇ ਪਹਿਲਾਂ ਕਲਿੱਕ ਕਰਨਾ ਹੈ ਰਿਕਰੂਟਮੈਂਟ ਤੇ ਜਦੋਂ ਤੁਸੀਂ ਇਸ ਤੇ ਕਲਿੱਕ ਕਰੋਗੇ ਤਾਂ ਅੱਗੇ ਪੇਜ ਓਪਨ ਹੋਏਗਾ ਤਾਂ ਇੱਥੇ ਫਾਸਟ ਕਾਲਮ ਹੈ ਰਿਕਰੂਟਮੈਂਟ ਆਫ ਟੂ ਦਾ ਪੋਸਟ ਆਫ ਸਬ ਇਨਸਪੈਕਟਰ ਤਾਂ ਤੁਸੀਂ ਇਸ ਤੇ ਕਲਿੱਕ ਕਰਨਾ ਹੈ ਜਦੋਂ ਇਸ ਤੇ ਕਲਿੱਕ ਕਰੋਗੇ ਤਾਂ ਅੱਗੇ ਇੱਕ ਪੇਜ ਹੋਰ ਓਪਨ ਹੋਏਗਾ ਲਿੰਕ ਫॉर ਔਨਲਾਈਨ ਐਪਲੀਕੇਸ਼ਨ ਐਂਡ ਰਿਲੇਟਡ ਇਨਫੋਰਮੇਸ਼ਨ ਤਾਂ ਤੁਸੀਂ ਇਸ ਤੇ ਅੱਗੇ ਫਿਰ ਕਲਿੱਕ ਕਰਨਾ ਹੈ ਤਾਂ ਅੱਗੇ ਇਹ ਪੇਜ ਜਿਹੜਾ ਖੁੱਲ ਜਾਏਗਾ ਇੱਥੇ ਤੁਹਾਡੇ ਤੋਂ ਇਹ ਡੈਸਕਟਾਪ ਸਾਈਟ ਮੰਗੇਗਾ ਤਾਂ ਉੱਪਰ ਜਿਹੜੇ ਆ ਤਿੰਨ ਡਾਟ ਨੇ ਤਾਂ ਇਹਦੇ ਵਿੱਚ ਆਪਸ਼ਨ ਹੁੰਦੀ ਹੈ ਡੈਸਕਟਾਪ ਸਾਈਟ ਤਾਂ ਤੁਸੀਂ ਇਸ ਤੇ ਕਰ ਲਿਓ ਅਗਰ ਤੁਹਾਡੇ ਕੋਲ ਪੇਜ ਓਪਨ ਹੋ ਗਿਆ ਪਹਿਲਾਂ ਹੀ ਤਾਂ ਇਹਦੇ ਵਿੱਚ ਕੋਈ ਚੱਕਰ ਨਹੀਂ ਹੈ ਤਾਂ ਇਸ ਤੋਂ ਬਾਅਦ ਤੁਸੀਂ ਲੌਗਨ ਲੌਗਨ ਤੇ ਜਿਹੜਾ ਕਲਿੱਕ ਕਰਨਾ ਹੈ ਤਾਂ ਲੌਗਨ ਤੇ ਕਲਿੱਕ ਕਰਨ ਤੋਂ ਬਾਅਦ ਇਹ ਪਾਸਵਰਡ ਅਤੇ ਤੁਹਾਡੀ ਇਹ ਜੋ ਮੇਲ ਹੈ ਉਹ ਮੰਗੇਗਾ ਐਂਟਰ ਯੂਜ਼ਰ ਆਈਡੀ ਐਪਲੀਕੇਸ਼ਨ ਨੰਬਰ ਭਰ ਸਕਦੇ ਹਾਂ ਇਹਦੇ ਵਿੱਚ ਤੁਸੀਂ ਆਪਣਾ ਸੋ ਪਾਸਵਰਡ ਤੁਹਾਡਾ ਜਿਹੜਾ ਡੇਟ ਆਫ ਬਰਥ ਹੁੰਦੀ ਹੈ ਸੋ ਐਪਲੀਕੇਸ਼ਨ ਨੰਬਰ ਅਤੇ ਤੁਹਾਡਾ ਪਾਸਵਰਡ ਜਾਨੀ ਕਿ ਤੁਹਾਡੀ ਡੇਟ ਆਫ ਬਰਥ ਇਸ ਨੂੰ ਤੁਸੀਂ ਫਿਲ ਕਰਕੇ ਲੌਗਇਨ ਕਰ ਦਿਓ ਤੁਹਾਡਾ ਐਡਮਿਟ ਕਾਰਡ ਹੈ ਜਿਹੜਾ ਅੱਗੇ ਖੁੱਲ ਜਾਏਗਾ ਤਾਂ ਉਸ ਤੇ ਤੁਸੀਂ ਉਸ ਨੂੰ ਡਾਊਨਲੋਡ ਕਰ ਸਕਦੇ ਹੋ ਅਗਰ ਪਾਸਵਰਡ ਨਹੀਂ ਯਾਦ ਤਾਂ ਫੋਰਗਟ ਪਾਸਵਰਡ ਕਰ ਸਕਦੇ ਹੋ ਤਾਂ ਤੁਹਾਡੇ ਮੋਬਾਈਲ ਤੇ ਮੈਸੇਜ ਆ ਜਾਏਗਾ ਤੁਹਾਡੀ ਮੇਲ ਤੇ ਮੈਸੇਜ ਆ ਜਾਏਗਾ ਜੋ ਵੀ ਮੇਲ ਤੁਸੀਂ ਇਹ ਪੋਸਟਾਂ ਭਰਨ ਵੇਲੇ ਫਿਲ ਕੀਤੀ ਹੈ ਸੋ ਇਸ ਤਰ੍ਹਾਂ ਛੋਟੇ ਜਿਹੇ ਸਟੈਪ ਦੇ ਜਰੀਏ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਕੋ ਦਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਧੰਨਵਾਦ ਜੀ